ਸਾਡੇ ਪੰਜਾਬੀ ਹਮੇਸ਼ਾ ਇਹ ਤਾਂ ਗਰੀਬ ਦੇ ਨਾਲ ਖੜ੍ਹਦੇ ਨੇ, ਇਹ ਤਾਂ ਨਿਮਾਣਿਆਂ ਦਾ ਮਾਣ ਬਣਦੇ ਹੀ ਨੇ, ਤੇ ਅਸੀਂ ਨਿਮਾਣੇ ਹੋ ਕੇ ਤੁਹਾਡੇ ਦਰ ਤੇ ਆਏ ਹਾਂ। ਇਸ ਦੁਨੀਆ 'ਚ ਨੀਅਤ ਬਹੁਤ ਮੈਟਰ ਕਰਦੀ ਹੈ, ਜਦੋਂ ਸਾਫ਼ ਨੀਅਤ ਹੋਵੇ ਨਾ ਤੁਹਾਨੂੰ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਮੈਂ ਜਦੋਂ ਇੰਡਸਟਰੀ 'ਚ ਤੁਰੀ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਇਸ ਇੰਡਸਟਰੀ 'ਚ ਇਵੇਂ ਹੁੰਦਾ ਇਵੇਂ ਹੁੰਦਾ, ਪਰ ਇਸ ਟੀਮ 'ਚ ਪ੍ਰੋਡਿਊਸਰ ਤੋਂ ਲੈ ਕੇ ਸਪੋਰਟ ਬੁਆਏ ਤੱਕ ਹਰ ਇੱਕ ਦੀ ਨੀਅਤ ਇੰਨੀ ਸੋਹਣੀ ਸੀ, ਇੰਨੀ ਪਿਆਰੀ ਸੀ, ਇੰਨਾ ਫੈਮਲੀਅਰ ਮਾਹੌਲ ਸੀਗਾ ਕਿ ਜੇ ਇਹੋ ਜਿਹੇ ਪ੍ਰੋਡਿਊਸਰ ਇਹੋ ਜਿਹੇ ਡਾਇਰੈਕਟਰ ਅੱਗੇ ਨਹੀਂ ਆ ਸਕਦੇ ਨਾ, ਫਿਰ ਮੈਨੂੰ ਲੱਗਦਾ ਕਿਸੇ ਨੂੰ ਆਉਣ ਦੀ ਲੋੜ ਨਹੀਂ ਹੈ। ਪੰਜਾਬ ਦੇ ਯੂਥ ਦੀ ਅਸੀਂ ਸਾਰੇ ਗੱਲ ਕਰਦੇ ਹਾਂ, ਬਟ ਪੰਜਾਬ ਦੀ ਯੂਥ ਦੀ ਪੋਲੀਟਿਕਸ, ਉਸ ਦੀ ਪਾਵਰ ਦੀ ਯੂਜ਼ ਔਰ ਮਿਸ ਯੂਜ਼ ਨੂੰ ਅਸੀਂ ਸਿਰਫ ਸੁਣਦੇ ਹਾਂ, ਲੇਕਿਨ ਅੱਜ ਅਸੀਂ ਵੇਖ ਕੇ ਆਏ ਹਾਂ। ਸੋ ਉਹ ਬਹੁਤ ਅੱਛੀ ਅਚੀਵਮੈਂਟ ਹੈ ਜੋ ਤੁਸੀਂ ਡਿਲੀਵਰ ਕਰਨਾ ਚਾਹੁੰਦੇ ਸੀ, ਔਰ ਸਭ ਤੋਂ ਮੇਨ ਗੱਲ ਜੋ ਮੈਨੂੰ ਇਸ ਫਿਲਮ ਦੇ ਵਿੱਚ ਅੱਛੀ ਲੱਗੀ ਹੈ, ਸਾਰੇ ਕਹਿੰਦੇ ਸੀ ਈਸ਼ਾ ਰਿੱਕੀ ਇਹ ਮਾਨਵ ਫੁਟੇਜ ਦੀ ਫਿਲਮ ਹੈ, ਪਰ ਮੈਨੂੰ ਇਹ ਲੱਗਦਾ ਕਿ ਇਸ ਫਿਲਮ ਦਾ ਹਰ ਕਿਰਦਾਰ ਹੀਰੋ ਹੈ। ਸਾਡੀ ਸਿਰਫ ਸ਼ੂਟਿੰਗ ਦੌਰਾਨ ਹੀ ਨਹੀਂ, ਉਸ ਤੋਂ ਪਹਿਲਾਂ ਰਾਈਟਿੰਗ ਦੌਰਾਨ ਵੀ ਇਹਨੂੰ 5-6 ਸਾਲ ਫਿਲਮ ਨੂੰ ਬਣਦਿਆਂ ਨੂੰ ਲੱਗੇ ਆ, ਇੰਨੀ ਲੰਮੀ ਮਿਹਨਤ ਹੈ ਸਾਡੀ। ਉਸ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਦਾ ਕੰਮ ਹੁੰਦਾ, ਔਰ ਸਾਨੂੰ ਇੱਕ ਮਾਰਨਿੰਗ ਸ਼ੋਅ, ਇੱਕ ਸ਼ਾਮ ਦਾ ਸ਼ੋਅ ਮਿਲਦੀ ਹੈ ਜਿੱਥੇ 8 ਆਡੀ ਆ, ਘੱਟੋ ਘੱਟ 1 ਆਡੀ ਦੇ ਵਿੱਚ ਸਾਰੇ ਸ਼ੋਅ ਮਿਲਣੇ ਚਾਹੀਦੇ ਆ, ਤਾਂ ਕਿ ਜਿਹੜਾ ਜਿਸ ਮੌਕੇ ਦੇ ਉੱਤੇ ਵੀ ਆਵੇ ਉਹਨੂੰ ਸ਼ੋਅ ਵੇਖਣ ਨੂੰ ਮਿਲੇ, ਨਾ ਕਿ ਔਰ ਟਾਈਮ ਦੇ ਉੱਤੇ ਆ ਗਈ ਜੀ ਉਹਦੀ ਅੱਧਾ ਘੰਟਾ ਪਹਿਲਾਂ ਹੋ ਗਿਆ। ਇੱਕ ਪੁਰਾਣੇ ਟਾਈਮ ਵਾਂਗੂ ਮੈਨੂੰ ਇਹ ਲੱਗਦਾ ਕਿ ਸ਼ੋਅ ਟਾਈਮ ਫਿਕਸ ਹੋਣਾ ਚਾਹੀਦਾ, ਜਿਸ ਤਰ੍ਹਾਂ ਪਹਿਲਾਂ ਸੀ ਕਿ 10 ਵਜੇ ਦਾ ਸ਼ੋਅ, ਕਿ 1 ਵਜੇ ਦਾ, 4 ਵਜੇ ਦਾ, ਮਤਲਬ ਫਿਕਸ ਹੋਵੇ, ਬੰਦੇ ਨੂੰ ਪਤਾ ਮੈਂ 3:30 ਵਜੇ ਗਿਆ ਤਾਂ ਮੈਂ 4 ਵਜੇ ਜਾ ਕੇ ਫਿਲਮ ਦੇਖ ਲੈਣੀ ਆ। ਹੁਣ ਇੱਥੇ ਆ ਕੇ ਵੇਖੀਦਾ 3:27 ਤੇ, 9:11 ਤੇ, ਕੁਛ ਪਤਾ ਨਹੀਂ, ਕਮਲ ਪਿਆ ਇੱਥੇ, ਬਸ ਇਹ ਆ ਵੀ ਆਓ ਸ਼ਾਪਿੰਗ ਕਰੋ, ਜੇ ਤੁਹਾਡਾ ਜੀਗਾ ਚੱਲ ਜਾ ਦੇਖ ਲੈਂਦੇ, ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦੇ ਹੱਥ ਦੇ ਵਿੱਚ ਨਹੀਂ ਜਾਂਦੀ, ਕਿਉਂਕਿ ਤਦ ਮਨ ਤੇ ਧਨ ਦੇ ਨਾਲ ਅੱਗੇ ਨੇ ਫਿਲਮ ਬਣਾਈ ਹੁੰਦੀ ਆ, ਉਹਨੂੰ ਪ੍ਰੋਪਰ ਓਪਨਿੰਗ ਨਾ ਮਿਲੇ, ਪ੍ਰੋਪਰ ਸ਼ੋਅ ਨਾ ਮਿਲ ਕੇ ਬੰਦਾ ਕੀ ਕਰ ਸਕਦਾ। ਬਸ ਇੰਨੀ ਬੇਨਤੀ ਆ, ਪ੍ਰੋਪਰ ਸ਼ੋਅ ਮਿਲਣੇ ਚਾਹੀਦੇ ਆ ਹਰ ਫਿਲਮ। ਅਸੀਂ ਜੰਡਿਆਲੇ ਤੋਂ ਹੂਟਿੰਗ ਵਾਸਤੇ ਖਾਸ ਬੰਦੇ ਬੁਲਾਏ ਸੀ, ਤਾਂ ਕਿ ਪ੍ਰੋਪਰ ਟਾਈਮਿੰਗ ਦੇ ਉੱਤੇ ਹੂਟਿੰਗ ਕਰ ਲਓ। ਮੈਂ ਸੋਚਦਾ ਮੈਂ ਇਮੋਸ਼ਨਲੀ ਬਹੁਤ ਹਰਟ ਆ, ਮੈਂ ਮਤਲਬ ਅਸੀਂ ਸਾਰਿਆਂ ਨੇ ਹਿੰਮਤ ਕਰਕੇ ਨੇ ਫਿਲਮ ਦਾ ਉਖਾ ਲੈਣ ਤੋਂ ਤੁਹਾਨੂੰ ਨਹੀਂ। ਮੈਂ ਉਹੀ ਕਹੂੰਗਾ ਕਿ ਸਾਨੂੰ ਦੇਖ ਕੇ ਰਿਜੈਕਟ ਕਰੋ, ਸਾਨੂੰ ਬਿਨਾਂ ਦੇਖੇ ਰਿਜੈਕਟ ਨਾ ਕਰੋ, ਅਸੀਂ ਇਹ ਰਿਕੁਐਸਟ ਹੈ ਸਾਡੀ ਆਡੀਅੰਸ ਲਈ ਵੀ, ਬਾਕੀ ਸਾਰਿਆਂ ਲਈ ਵੀ। ਬੜੀਆਂ ਸਾਰੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ, ਦੇਖ ਕੇ ਰਿਜੈਕਟ ਕਰ ਦਿਓ, ਬਿਨਾਂ ਦੇਖੇ ਰਿਜੈਕਟ ਨਾ ਕਰੋ, ਫਿਰ ਬਿਨਾਂ ਦੇਖੇ ਰਿਜੈਕਟ ਕਰਦੇ ਹੋ ਥੋੜ੍ਹਾ ਦੁੱਖ ਹੁੰਦਾ। ਸਾਰਿਆਂ ਨੇ ਬਹੁਤ ਅੱਛਾ, ਅਸੀਂ ਵੀ ਨਵੇਂ ਨੀਗੇ, ਸਾਰਿਆਂ ਨੇ ਮਿਹਨਤ ਕਰਕੇ ਆਏ ਆ ਪਹੁੰਚੇ, ਹੈ ਨਾ, ਅਤੇ ਜੇ ਸਾਡੀ ਫਿਲਮ ਆਡੀਅੰਸ ਤੱਕ ਪਹੁੰਚਾਉਣ ਹੀ ਨਹੀਂ ਦੇ ਰਹੇ, ਤੁਸੀਂ ਕੀ ਐਕਸਪੈਕਟ ਕਰ ਰਹੇ ਹੋ, ਸਿਨੇਮਾ ਕਿਵੇਂ ਬਦਲੂਗਾ। ਆਮ ਹਰਟ ਇਮੋਸ਼ਨਲੀ, ਸੌਰੀ। ਥੈਂਕ ਯੂ ਸੋ ਮਚ, ਤੁਸੀਂ ਸਾਰੇ ਅੰਦਰ ਰੋਏ, ਅਸੀਂ ਸਾਰੇ ਬਾਹਰ ਰੋ ਰਹੇ ਹਾਂ, ਬਹੁਤ ਵੱਡੀ ਗੱਲ ਹੈ। ਆਈ ਥਿੰਕ ਮੈਨੂੰ ਲੱਗਦਾ ਹੈ ਇਸ ਦੁਨੀਆ 'ਚ ਨੀਅਤ ਬਹੁਤ ਮੈਟਰ ਕਰਦੀ ਹੈ,
ਜਦੋਂ ਸਾਫ ਨੀਅਤ ਹੋਵੇ ਨਾ ਤੁਹਾਨੂੰ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਮੈਂ ਜਦੋਂ ਇੰਡਸਟਰੀ 'ਚ ਤੁਰੀ ਸੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਇਸ ਇੰਡਸਟਰੀ 'ਚ ਇਵੇਂ ਹੁੰਦਾ ਇਵੇਂ ਹੁੰਦਾ, ਪਰ ਇਸ ਟੀਮ 'ਚ ਪ੍ਰੋਡਿਊਸਰ ਤੋਂ ਲੈ ਕੇ ਸਪੋਰਟ ਬੁਆਏ ਤੱਕ ਹਰੇਕ ਦੀ ਨੀਅਤ ਇੰਨੀ ਸੋਹਣੀ ਸੀ, ਇੰਨੀ ਪਿਆਰੀ ਸੀ, ਇੰਨਾ ਫੈਮਲੀਅਰ ਮਾਹੌਲ ਸੀਗਾ ਕਿ ਜੇ ਇਹੋ ਜਿਹੇ ਪ੍ਰੋਡਿਊਸਰ ਇਹੋ ਜਿਹੇ ਡਾਇਰੈਕਟਰ ਅੱਗੇ ਨਹੀਂ ਆ ਸਕਦੇ ਨਾ, ਫਿਰ ਮੈਨੂੰ ਲੱਗਦਾ ਕਿਸੇ ਨੂੰ ਆਉਣ ਦੀ ਲੋੜ ਨਹੀਂ ਹੈ। ਮੈਨੂੰ ਇਹ ਲੱਗਦਾ ਆ ਕਿ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਆ ਕਿ ਉਹ ਅੱਗੇ ਆਵੇ ਐਜ਼ ਐਨ ਐਕਟਰ, ਪਰ ਉਹਨੂੰ ਉਹਦੇ ਘਰ ਦੇ ਅੱਗੇ ਨਹੀਂ ਆਉਣ ਦਿੰਦੇ। ਅਤੇ ਜੇ ਇਹੋ ਜਿਹੀ ਫਿਲਮਾਂ ਪ੍ਰਮੋਟ ਹੋਣਗੀਆਂ ਤਾਂ ਮੈਨੂੰ ਲੱਗਦਾ ਕੁੜੀਆਂ ਬਹੁਤ ਅੱਗੇ ਜਾਣਗੀਆਂ। ਅਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਇਸ ਫਿਲਮ ਨੂੰ ਜ਼ਰੂਰ ਦੇਖੋ ਅਤੇ ਜ਼ਰੂਰ ਪ੍ਰਮੋਟ ਕਰੋ। ਅਤੇ ਅਸੀਂ ਨਵੇਂ ਚਿਹਰੇ ਨਹੀਂ ਹਾਂ, ਸਾਰੇ ਜਾਣੇ ਬਹੁਤ ਮਿਹਨਤ ਨਾਲ ਆਏ ਨੇ ਅਤੇ ਬਹੁਤ ਸੋਹਣੇ ਕਲਾਕਾਰ ਨੇ, ਤੁਸੀਂ ਹੁੰਗਾਰਾ ਭਰੋਗੇ ਅਤੇ ਅਸੀਂ ਅੱਗੇ ਵਧਾਂਗੇ ਜੀ। ਥੈਂਕ ਯੂ। ਓਨੈਸਟਲੀ ਮੈਂ ਦੱਸਾਂ, ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਮੈਨੂੰ ਇਸ ਗੱਲ ਤੋਂ ਹੀ ਬਹੁਤ ਮਾੜਾ ਲੱਗ ਰਿਹਾ ਕਿ ਆਪਣੇ ਕੋਲ ਸ਼ੋਜ਼ ਨਹੀਂ ਹੈਗੇ ਐਂਡ ਸਿਨੇਮਾ ਚੰਗੇ ਤਰੀਕੇ ਨਾਲ ਪ੍ਰਮੋਟ ਹੀ ਨਹੀਂ ਹੋ ਪਾ ਰਿਹਾ। ਐਂਡ ਜਦੋਂ ਚੰਗੀ ਫਿਲਮਾਂ ਬਣਦੀਆਂ, ਜੇ ਮੈਂ ਆਪਣੇ ਵੈਸੇ ਗੱਲ ਕਰਾਂ, ਔਰ ਜਦੋਂ ਦੀ ਮੈਂ ਸ਼ੁਰੂ ਕੀਤਾ ਕੰਮ, ਜਦੋਂ ਦੀ ਮੈਂ ਫਿਲਮਾਂ ਕਰ ਰਹੀ ਹਾਂ, ਆਈ ਥਿੰਕ ਆਫਟਰ ਅਰਦਾਸ ਮੈਂ ਆਹ ਚੀਜ਼ ਫੀਲ ਕੀਤੀ ਹੈ ਕਿ ਮੈਂ ਇੰਨਾ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਇਸ ਫਿਲਮ ਦਾ ਪਾਰਟ ਹਾਂ। ਜਦੋਂ ਮੈਨੂੰ ਹੈਪੀ ਜੀ ਨੇ ਦੱਸਿਆ ਸੀਗਾ ਕਿ ਆਹ ਮੈਂ ਰੋਲ ਤੁਹਾਡੇ ਲਈ ਲਿਖਿਆ ਹੈ, ਕਿਉਂਕਿ ਕੋਈ ਵੀ ਕੁੜੀ ਸੁਣੂਗੀ ਤਾਂ ਕਹੂਗੀ ਅੱਛਾ ਮੇਰੇ ਤੋਂ ਦੋ ਹੀ ਸੀਨ ਹੈਗੇ ਆ, ਬਟ ਉਹ ਕਿੰਨੇ ਇੰਪੈਕਟਫੁਲ ਆ। ਅਤੇ ਉਹ ਸਟੋਰੀ ਥਰੂ ਆਊਟ, ਕਿਉਂਕਿ ਮੈਨੂੰ ਜ਼ਿਆਦਾ ਮੈਟਰ ਕਰ ਰਿਹਾ ਸੀਗਾ ਕਿ ਸਬਜੈਕਟ ਕਿੰਨਾ ਸੋਲਿਡ ਹੈ, ਐਂਡ ਜਿੰਨਾ ਸਬਜੈਕਟ ਦੀ ਰਾਈਟਿੰਗ, ਡਾਇਰੈਕਸ਼ਨ, ਐਗਜੀਕਿਊਸ਼ਨ ਜਿਸ ਤਰੀਕੇ ਨਾਲ ਹੋਇਆ, ਮੈਂ ਕਹਿੰਦੀ ਹਾਂ ਕਿ ਇਹੋ ਜਿਹੀਆਂ ਫਿਲਮਾਂ ਬਹੁਤ ਜ਼ਿਆਦਾ ਸਪੋਰਟ ਕਰਨੀਆਂ ਚਾਹੀਦੀਆਂ ਸਾਨੂੰ। ਐਂਡ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਯਾਰ ਕਿ ਮੈਂ ਇਸ ਫਿਲਮ ਦਾ ਪਾਰਟ ਹਾਂ। ਐਂਡ ਆਈ ਫੀਲ ਦੈਟ ਯੂ ਨੋ ਮਨਪ੍ਰੀਤ, ਕਵੀ, ਤਨਵੀਰ, ਇੱਕ ਇੱਕ ਕੈਰੇਕਟਰ ਇੰਨਾ ਸੋਹਣਾ ਕੰਮ ਕੀਤਾ, ਮਤਲਬ ਮੈਨੂੰ ਲੱਗਦਾ ਕਿ ਮਤਲਬ ਕਾਸ਼ ਮੈਨੂੰ ਵੀ ਇਹੋ ਜਿਹਾ ਕੈਰੇਕਟਰ ਮਿਲਦਾ। ਮੈਂ ਜੋ ਕਰ ਰਹੀ ਹਾਂ ਮੈਂ ਉਹਦੇ 'ਚ ਵੀ ਖੁਸ਼ ਹਾਂ, ਪਰ ਮੈਂ ਹੋਰ ਇਹੋ ਜਿਹੀਆਂ ਫਿਲਮਾਂ ਨੂੰ ਸਪੋਰਟ ਕਰਕੇ ਚਾਹੁੰਦੀ ਹਾਂ ਕਿ ਇਹੋ ਜਿਹੀਆਂ ਫਿਲਮਾਂ ਬਣਦੀਆਂ ਰਹਿਣ। ਐਂਡ ਜਿਵੇਂ ਹੈਪੀ ਜੀ ਨੇ, ਆਸ਼ੂ ਜੀ ਨੇ, ਸਾਡੇ ਪ੍ਰੋਡਿਊਸਰਸ ਨੇ, ਜਤਿਨ, ਸਮਰ ਜੋ ਸਾਡੀ ਡਾਇਰੈਕਸ਼ਨ ਟੀਮ ਆ, ਕਦੋਂ ਦੇ ਲੱਗੇ ਹੋਏ ਯਾਰ। ਐਂਡ ਇੰਨੇ ਟਾਈਮ ਦੀ ਮਿਹਨਤ, ਜਦੋਂ ਆ ਆਖਰੀ ਦਿਨਾਂ 'ਚ ਆ ਸਾਰਾ ਕੁਛ ਹੁੰਦਾ ਨਾ, ਇਟਸ ਨੋਟ ਈਜ਼ੀ, ਲੇਕਿਨ ਫਿਰ ਵੀ ਅੱਜ ਸਾਰੇ ਜਾਣੇ ਆਪਣੇ ਆਪ ਨੂੰ ਪੱਕਾ ਕਰਕੇ ਇੱਥੇ ਖੜ੍ਹੇ ਆ। ਸਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਆ ਕਿ ਮੀਡੀਆ ਸਾਨੂੰ ਸਪੋਰਟ ਕਰ ਰਹੀ ਆ। ਮੀਡੀਆ ਨੂੰ ਫਿਲਮ ਦੇਖ ਕਰ ਇਹ ਨਹੀਂ ਹੈਗਾ ਕਿ ਅਸੀਂ ਤੁਹਾਡੇ ਤੋਂ ਬੁਲਵਾ ਰਹੇ ਹਾਂ, ਤੁਸੀਂ ਆਹ ਫਿਲਮ ਦੇਖੀ ਆ, ਤੁਸੀਂ ਆਪ ਉਹਦਾ ਰਿਵਿਊ ਦਿੱਤਾ, ਐਂਡ ਕੋਈ ਪ੍ਰੈਸ਼ਰ ਨਹੀਂ ਹੈਗਾ। ਐਂਡ ਸਾਰਿਆਂ ਦੀ ਸ਼ਕਲਾਂ ਤੋਂ ਨਾ ਪਤਾ ਲੱਗ ਜਾਂਦਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਮੈਂ ਜਦੋਂ ਪ੍ਰੀਮੀਅਰ ਤੋਂ ਬਾਹਰ ਨਿਕਲਦੀ ਮੈਂ ਤਾਂ ਭੱਜ ਜਾਂਦੀ ਹਾਂ ਕਿ ਮੈਨੂੰ ਝੂਠ ਨਾ ਬੋਲਣਾ ਪੈ ਜੇ, ਪਰ ਅੱਜ ਮੈਂ ਇੱਥੇ ਰੋਡੇ ਕਾਲਜ ਦੀ ਟੀ ਸ਼ਰਟ ਪਾ ਕੇ ਖੜ੍ਹੀ ਹਾਂ ਬਹੁਤ ਪ੍ਰਾਊਡਲੀ ਕਿ ਮੈਂ ਇਸ ਫਿਲਮ ਦਾ ਪਾਰਟ ਹਾਂ। ਐਂਡ ਆਈ ਰੀਅਲੀ ਵਾਂਟ ਕਿ ਆਹ ਫਿਲਮ ਬਹੁਤ ਵਧੀਆ ਕੰਮ ਕਰੇ, ਕਿਉਂਕਿ ਆਹ ਵਧੀਆ ਕੰਮ ਕਰੂਗੀ ਤਾਂ ਹੀ ਹੋਰ ਸਿਨੇਮਾ ਆਊਗਾ, ਤਾਂ ਹੀ ਸਾਡੇ ਪ੍ਰੋਡਿਊਸਰ ਫਿਰ ਬਣਾਉਣਗੇ ਰੋਡੇ ਕਾਲਜ 2। ਇਮੋਸ਼ਨਸ ਇੱਕ ਐਕਟਰ ਵਾਸਤੇ ਸਭ ਤੋਂ ਵੱਡੀ ਖੁਰਾਕ ਹੁੰਦੀ ਹੈ ਐਪਰੀਸੀਏਸ਼ਨ। ਐਪਰੀਸੀਏਸ਼ਨ ਜਦੋਂ ਮਿਲਦੀ ਆ ਤਾਂ ਬਹੁਤ ਵਧੀਆ ਲੱਗਦਾ, ਅਤੇ ਬਟ ਇਹ ਐਪਰੀਸੀਏਸ਼ਨ ਉਦੋਂ ਹੋਰ ਡਬਲ ਹੋ ਜਾਂਦੀ ਹੈ ਜਦੋਂ ਸਾਨੂੰ ਪਤਾ ਹੁੰਦਾ ਕਿ ਸਾਡੇ ਪ੍ਰੋਡਿਊਸਰ ਸੇਫ ਨੇ, ਹੈ ਨਾ। ਐਟਲੀਸਟ ਉਹ ਬਹੁਤੀ ਕਮਾਈ ਨਹੀਂ ਕਰ ਰਹੇ, ਪਰ ਜੋ ਉਹਨਾਂ ਦਾ ਪੈਸਾ ਲੱਗਿਆ ਐਟਲੀਸਟ ਉਹ ਵਾਪਸ ਆ ਰਿਹਾ ਹੋਵੇ ਤਾਂ ਉਹ ਤੁਹਾਡੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਆ। ਸੋ ਤੁਸੀਂ ਕਹਿ ਰਹੇ ਹੋ ਕਿ ਮੈਂ ਚੰਗਾ ਕੰਮ ਕੀਤਾ, ਜਿੰਨੇ ਵੀ ਲੋਕ ਦੇਖ ਰਹੇ ਨੇ ਮੈਂ ਚੰਗਾ ਕੰਮ ਕੀਤਾ ਉਹ ਇਹ ਕਹਿ ਰਹੇ ਨੇ,
ਪਰ ਜਿਹੜੇ ਨਹੀਂ ਦੇਖ ਰਹੇ ਮੈਂ ਉਹਨਾਂ ਨੂੰ ਵੀ ਵਾਰ ਵਾਰ ਇਹ ਰਿਕੁਐਸਟ ਕਰਦਾ ਕਿ ਤੁਸੀਂ ਬੇਸ਼ੱਕ ਮੈਨੂੰ ਰਿਜੈਕਟ ਕਰ ਦਿਓ ਪਰ ਦੇਖ ਕੇ ਰਿਜੈਕਟ ਕਰਿਓ। ਬਿਨਾਂ ਦੇਖੇ ਮੈਨੂੰ ਰਿਜੈਕਟ ਕਰੋਗੇ ਤਾਂ ਮੈਨੂੰ ਦੁੱਖ ਹੋਏਗਾ, ਫਿਰ ਡਿਸਅਪੁਆਇੰਟਮੈਂਟ ਹੋਏਗੀ। ਮੈਂ ਸਾਡੇ ਪੰਜਾਬ ਨੂੰ ਜਾਣਦਾ, ਸਾਡੇ ਪੰਜਾਬ ਦੇ ਸਪਿਰਿਟ ਨੂੰ ਜਾਣਦਾ, ਮੈਂ ਆਪ ਉਸ ਪੰਜਾਬ ਦੀ ਸਪਿਰਿਟ ਦਾ ਹਿੱਸਾ ਹਾਂ ਅਤੇ ਇਸ ਕਰਕੇ ਮੈਂ ਜਾਣਦਾ ਕਿ ਸਾਡੇ ਪੰਜਾਬੀ ਹਮੇਸ਼ਾ ਆਪਣੇ ਗੁਰਾਂ ਦੀ ਧਰਤੀ ਹੈ ਨਾ ਤਾਂ ਕਹਿ ਦਿੰਦੇ ਆ ਇਹ ਤਾਂ ਗਰੀਬ ਦੇ ਨਾਲ ਖੜ੍ਹਦੇ ਨੇ, ਇਹ ਤਾਂ ਨਿਮਾਣਿਆਂ ਦਾ ਮਾਣ ਬਣਦੇ ਹੀ ਨੇ ਅਤੇ ਅਸੀਂ ਨਿਮਾਣੇ ਹੋ ਕੇ ਤੁਹਾਡੇ ਦਰ 'ਤੇ ਆਏ ਹਾਂ। ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਖੜੋਗੇ, ਦੇਖਿਓ, ਦੇਖ ਕੇ ਬੇਸ਼ੱਕ ਰਿਜੈਕਟ ਕਰ ਦਿਓ, ਸਿਰ ਮੱਥੇ ਲਵਾਂਗੇ ਪਰ ਬਿਨਾਂ ਦੇਖੇ ਨਾ।